ਪੰਜਾਬ ਦੀ ਧਰਤੀ ਸੁਰਮਿਆਂ ਜੋਹਿਆਂ ਧਰਤੀ ਆ ਤੇ ਅੱਜ ਇਹਦੇ ਹਾਲਾਤ ਬਿਹਾਰ ਤੋਂ ਮਾੜੇ ਆ ਚੋਰੀਆਂ ਇਸ ਤਰੀਕੇ ਨਾਲ ਹੋਣਦੀਆਂ ਕਿ ਫਿਲਮੀ ਤਰੀਕੇ ਨਾਲ بڑے ਘਰਾਂ ਦੇ ਵਿੱਚ ਚੋਰੀਆਂ ਹੋਈਆਂ ਵਾ ਇਹ ਬਿਹਾਰ ਬਣ ਗਿਆ ਪੰਜਾਬ ਅੱਜ ਆਪਾਂ ਸਰਕਾਰਾਂ ਤੋਂ ਕਿਹਾ ਜਾਂਦਾ ਵੀ ਪਿਛਲੀ ਸਰਕਾਰ ਬੜੀ ਮਾੜੀ ਸੀ ਇਹ ਕੀ ਕਰ ਰਿਹਾ ਹੁਣ ਅਸੀਂ ਚੌਂਕੀ ਸੋਈਆਂ ਜਾ ਕੇ ਬੇਨਤੀ ਕਰਦੇ ਉਹ ਕਹਿੰਦੇ ਸਾਡੇ ਕੋ ਨਫਰੀ ਹੈ ਨਹੀਂ ਹੁਣ ਨਫਰੀ ਸਰਕਾਰ ਨੇ ਦੇਣੀ ਆ ਲੀਡਰ ਮਾੜੇ ਤੋਂ ਮਾੜਾ 20-20 ਬੰਦੇ ਪੁਲਿਸ ਵਾਲੇ ਨਾਲ ਲਈ ਫਿਰਦਾ ਸੁਰੱਖਿਆ ਲਈ ਆਮ ਲੋਕਾਂ ਦੀ ਸੁਰੱਖਿਆ ਕਿਹਨੇ ਕਰਨੀ ਆ ਬੜਾ ਮੇਰਾ ਨੁਕਸਾਨ ਆ ਮੇਰੇ ਘਰ ਚੋਰੀ ਹੋਈ ਹੈ ਹਾਂਜੀ ਇਸ ਲਈ ਕੰਨ ਸਾਡੀ ਟੱਪ ਕੇ ਤੇ ਸਾਡੇ ਘਰ ਦੀ ਫਰੋਲਾ ਫਰਾਲੀ ਕਰਕੇ ਤੇ ਜੋ ਚੰਗਾ ਚੰਗਾ ਸਮਾਨ ਹੀ ਮੇਰਾ ਕੋਈ 5-6 ਲੱਖ ਰੁਪਏ ਦਾ ਨੁਕਸਾਨ ਹੋਇਆ ਮੈਂ ਸੁਈਆਂ ਚੌਂਕੀ ਦੇ ਕੱਢ-ਕੱਢ ਕੇ ਥਾਣੇਦਾਰ ਦੇ ਤਰਲੇ ਅੱਜ ਆਉਣਾ ਕੱਲ ਆਉਣਾ ਅੱਜ ਆਉਣਾ ਕੱਲ ਆਉਣਾ ਅੱਜ ਆਉਣਾ ਕੱਲ ਆਉਣਾ ਉਹ ਬਾਅਦ ਚ ਇੱਕ ਸਟਾਰ ਲਵਾ ਲਿਆ ਤੇ ਆਪਣੀ ਬਦਲੀ ਕਰਾਈ ਤੇ ਉੱਥੇ ਚੱਲ ਗਿਆ ਤੇ ਵਸੇ ਤਾਂ ਬੇੜਾ ਬੇੜਾ ਗਰਕ ਕਰਦਾ ਐ ਪਿੰਡ ਦਾ ਜਿਹੜਾ ਆਉਂਦਾ ਥਾਣੇਦਾਰ ਮਹੀਨੇ ਲਈ ਜਾਂਦਾ ਪੈਸੇ ਪਾਉਂਦਾ ਕਿ ਚਲੋ ਜੀ ਇੱਕ 18000 ਲਾ ਲਿਆ ਇੱਕ 4000 ਲਾ ਲਿਆ ਇਹ ਜਿੰਨੇ ਲੋ ਫਰੇਦ ਜਣੇ ਕੁੜੀਆਂ ਮਗਰ ਮੋਟਰਸਾਈਕਲ ਕਮਾਉਂਦੇ ਰਹਿੰਦੇ ਪਟਾਕੇ ਪਾਉਂਦੇ ਰਹਿੰਦੇ ਆ ਰਾਤ ਨੂੰ ਇਹਨਾਂ ਮਰ ਜਾ ਹਨੇਰਾ ਹੁੰਦੀ ਦੇਖਦਾ ਇਥੋਂ ਲੁੱਟਾਂ ਖਵਾ ਕਰ ਲੀਆਂ ਜਿਉਂ ਕਿ ਵਾਈਟ ਆਉਂਦਾ ਤੁਹਾਨੂੰ ਧਮਕੀਆਂ ਦਿੰਦੇ ਆ ਅਸੀਂ ਇਸ ਵਕਤ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜੇਠੂਵਾਲ ਚ ਖੜੇ ਆ ਇਸ ਪਿੰਡ ਦੀ ਵੈਸੇ ਕੋਈ ਇਤਿਹਾਸਿਕ ਪਛਾਣ ਨਹੀਂ ਹੈ ਕੋਈ ਅੱਡਾ ਵੱਡਾ ਪਿੰਡ ਨਹੀਂ ਸੀ ਜਿਦੇ ਕਰਕੇ ਕੋਈ ਜਾਣਿਆ ਜਾਵੇ ਲੇਕਿਨ ਸ਼ਹਿਰ ਦੇ ਵਿੱਚ ਹੋਰ ਅਪਰਾਧ ਕਰਕੇ ਹੁਣ ਇਹ ਪਿੰਡ ਸ਼ਾਇਦ ਪੰਜਾਬ ਦੇ ਸਾਰੇ ਪਿੰਡਾਂ ਨਾਲੋਂ ਵੱਖਰਾ ਪਿੰਡ ਹੋਏਗਾ ਇਸ ਪਿੰਡ ਦੀ ਇੱਕ ਐਸੀ ਬਰਬਾਦੀ ਦੀ ਕਹਾਣੀ ਅਸੀਂ ਤੁਹਾਨੂੰ ਦਹਾਨ ਜਾ ਰਹੇ ਹਾਂ ਕਿ ਇਸ ਪਿੰਡ ਦੇ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਕਿਸੇ ਨਾ ਕਿਸੇ ਵਾਰਦਾਤ ਦਾ ਸ਼ਿਕਾਰ ਜ਼ਰੂਰ ਹੋਇਆ ਚਾਹੇ ਉਹ ਚੋਰੀ ਦੀ ਵਾਰਦਾਤ ਹੋਵੇ ਚਾਹੇ ਲੁੱਟਖਸੜ ਦੀ ਹੋਵੇ ਜਾਂ ਛੇੜਖਾਨੀ ਦੀ ਵੀ ਹੋਵੇ ਆਲਮ ਹੈ ਵਾ ਕਿ ਇਸ ਪਿੰਡ ਵੱਲੋਂ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਅਸੀਂ ਪਹਿਲੇ ਤੁਹਾਨੂੰ ਥੋੜੀ ਜੀ ਪਿੰਡ ਦੀ ਦਸ਼ਾ ਦੱਸਾਂਗੇ ਕਿ ਪਿੰਡ ਦੀ ਦਸ਼ਾ ਕੀ ਹੈ ਕਿ ਇੱਕ ਨਹਿਰ ਵਗਦੀ ਹੈ ਨਹਿਰ ਦੇ ਨਾਲ-ਨਾਲ ਇੱਕ ਸੜਕ ਜਾਂਦੀ ਹੈ ਔਰ ਸੜਕ ਦੇ ਜਿਹੜਾ ਇੱਕ ਪਾਸੇ ਇਹ ਸਾਰਾ ਪਿੰਡ ਵਸਿਆ ਹੋਇਆ ਹੈ ਔਰ ਇਹਦੇ ਤੋਂ ਜਿਹੜਾ ਹਾਈਵੇ ਹੈ ਜਿਹੜਾ ਕਿ ਜੰਮੂ ਕਸ਼ਮੀਰ ਨੂੰ ਜਾਂਦਾ ਮਹਿਜ 1 ਕਿਲੋਮੀਟਰ ਦੀ ਦੂਰੀ ਤੇ ਵੀ ਨਹੀਂ ਹੈ ਤਕਰੀਬਨ 800 ਮੀਟਰ ਦੀ ਜਿਹੜਾ ਹਾਈਵੇ ਹੈ ਉਹਦੇ ਤੋਂ ਬਾਅਦ ਇਹ ਪਿੰਡ ਦੀ ਸ਼ੁਰੂਆਤ ਹੁੰਦੀ ਹੈ ਔਰ ਇਸ ਪਿੰਡ ਦੇ ਵਿੱਚ ਸ਼ਾਮ ਵੇਲੇ ਦਿਨ ਵੇਲੇ ਰਾਤ ਵੇਲੇ ਹਰ ਤਰ੍ਹਾਂ ਦੀ ਵਾਰਦਾਤ ਹੁੰਦੀ ਹੈ ਔਰ ਅੱਜ ਪਿੰਡ ਦੇ ਲੋਕ ਜਿਹੜੇ ਨੇ ਇਕੱਠੇ ਹੋਏ ਨੇ ਉਹਨਾਂ ਦਾ ਮਕਸਦ ਕੋਈ ਧਰਨੇ ਬਾਜੀ ਕਰਨਾ ਜਾਂ ਕੋਈ ਸੜਕਾਂ ਰੋਕਣਾ ਨਹੀਂ ਹੈ ਕਿਉਂਕਿ ਪਿੰਡ ਦੇ ਮੋਤਵਰ ਬੰਦੇ ਨੇ ਔਰ ਸਭ ਪੜ੍ਹੇ ਲਿਖੇ ਲੋਕ ਨੇ ਲੇਕਿਨ ਇਹਨਾਂ ਦੇ ਨਾਲ ਰੋਜ਼ ਕੋਈ ਨਾ ਕੋਈ ਜਿਹੜੀ ਹੈ ੱੱਕੇਬਾਜੀ ਹੁੰਦੀ ਹੈ ਇੱਥੋਂ ਤੱਕ ਕਿ ਆਖਿਆ ਜਾਂਦਾ ਕਿ ਇਸ ਪਿੰਡ ਦੇ ਹਾਲਾਤ ਅੱਜ ਐਨੇ ਗ ਬੁਰੇ ਹੋ ਚੁੱਕੇ ਨੇ ਕਿ ਸਕਲਾਸਾਂ ਦੇ ਵਿੱਚ ਲੜਕੀਆਂ ਨੂੰ ਸ਼ਰਿਆਮ ਛੇੜਿਆ ਜਾਂਦਾ ਹੈ ਕੋਈ ਡਾਕਟਰ ਕੋਈ ਵਿਅਕਤੀ ਹਰ ਤਰ੍ਹਾਂ ਦੇ ਲੋਕ ਇੱਥੇ ਮੌਜੂਦ ਨੇ ਲੇਕਿਨ ਅਪਰਾਧ ਦਾ ਗ੍ਰਾਫ ਇਸ ਪਿੰਡ ਦੇ ਵਿੱਚ ਇੰਨਾ ਵੱਧ ਗਿਆ ਕਿ ਕੋਈ ਵੀ ਪੁਲਿਸ ਅਧਿਕਾਰੀ ਸੁਧ ਲੈਣ ਵਾਲਾ ਨਹੀਂ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੰਡ ਦੇ ਹਰ ਬੰਦੇ ਨਾਲ ਗੱਲ ਕਰੀਏ ਜਿਹੜੇ ਜਿਹੜੇ ਵਾਰਦਾਤਾਂ ਦਾ ਸ਼ਿਕਾਰ ਹੋਏ ਨੇ ਆ ਸਭ ਤੋਂ ਪਹਿਲੇ ਅਸੀਂ ਸ਼ਮਸ਼ੇਰ ਸਿੰਘ ਜੀ ਨੂੰ ਆਵਾਂਗੇ ਸ਼ਮਸ਼ੇਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਹਾਲਾਤ ਹੋ ਗਏ ਨੇ ਅੱਜ ਇਸ ਪਿੰਡ ਦੇ ਅਸੀਂ ਸੋਸ਼ਲ ਵਰਕਰ ਆ ਸਾਨੂੰ ਬੜਾ ਅਫਸੋਸ ਹੁੰਦਾ ਕਿ ਪੰਜਾਬ ਦੀ ਧਰਤੀ ਸੂਰਮਿਆਂ ਯੋਧਿਆਂ ਦੀ ਧਰਤੀ ਆ ਤੇ ਅੱਜ ਇਹਦੇ ਹਾਲਾਤ ਬਿਹਾਰ ਤੋਂ ਮਾੜੇ ਆ ਜਿਵੇਂ ਕਿ ਆਟਮ ਰਮੇਂਦਰ ਸਿੰਘ ਉਹਨਾਂ ਦੀ ਘਰ ਵਾਲੀ ਨਾਲ ਠੱਗੀ ਵਜਦੀ ਆ ਤਾਂ ਚਵੀਆਂ ਘੰਟਿਆਂ 'ਚ ਹੱਲ ਹੁੰਦੀ ਆ ਇੱਥੇ ਕੋਈ ਬੰਦੇ ਕਈਆਂ ਕਈਆਂ ਸਮਿਆਂ ਤੋਂ ਪੀੜਤ ਆ ਜਿਨ੍ਹਾਂ ਦਾ ਸੋਨਾ ਘਰ ਦਾ ਕੀਮਤੀ ਸਮਾਨ ਇੱਥੋਂ ਤੱਕ ਕਿ ਨਹਿਰ ਦੇ ਉੱਤੇ ਬੜੀ ਮੁਸ਼ਕਲ ਨਾਲ ਜਿਹੜੇ ਰੋਖਾ ਸਾਗਵਾਂ ਦੇ 10-10 ਸਾਲ ਹੋ ਗਿਆ ਜਿਨ੍ਹਾਂ ਨੂੰ ਉਹ ਲੋਕੀ ਵੜਵੜ ਕੇ ਲਈ ਜਾਂਦੇ ਆ ਜੰਗਲਾਤ ਵਿਭਾਗ ਨੂੰ ਪਤਾ ਹੀ ਕੁਛ ਨਹੀਂ ਕੀ ਬਣਿਆ ਤਿੰਨ ਦਿਨ ਰੁੱਖ ਵੱਡੇ ਪਏ ਰਹੇ ਚੌਥੇ ਦਿਨ ਚੋੱਕੇ ਲਿਆ ਜਾਂਦੇ ਆ ਔਰ ਉਹ ਪਟੜੀ ਬਣੀ ਉਸੇ ਤਰ੍ਹਾਂ ਜਿੱਦਿਆਂ ਦੀ ਚੋੱਕੇ ਖੜਦੇ ਆ ਤੇ ਚੋਰੀਆਂ ਇਸ ਤਰੀਕੇ ਨਾਲ ਹੋਣਦੀਆਂ ਕਿ ਫਿਲਮੀ ਤਰੀਕੇ ਨਾਲ بڑے ਘਰਾਂ ਦੇ ਵਿੱਚ ਚੋਰੀਆਂ ਹੋਈਆਂ ਵਾ ਤੇ ਕੋਈ ਐਫਆਈਆਰ ਕਰਾਉਂਦਾ ਕੋਈ ਨਹੀਂ ਹੁਣ ਸਭ ਤੋਂ ਅਫਸੋਸ ਦੀ ਇਹ ਗੱਲ ਆ ਜਿਹੜੀਆਂ ਜਿਹਦੇ ਕਰਕੇ ਇਹ ਲੋਕਾਂ ਨੇ ਸੰਪਰਕ ਕੀਤਾ ਤੁਹਾਡੇ ਨਾਲ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਣ ਰਹੀਆਂ ਵਿਆਂ ਜਿਹਦੇ ਵਿੱਚ ਕਿ ਦਿਨ ਦਿਹਾੜੇ ਜੱਠੂਵਾਲ ਤੋਂ ਇੱਕ ਛੋਟੀ ਸੜਕ 2 ਕਿਲੋਮੀਟਰ ਦੀ ਆ ਮਹਿਣੀਆਂ ਪਿੰਡ ਆ ਉੱਥੇ ਇੱਕ ਪੁਲੀ ਬਣੀ ਆ ਉਸ ਪੁਲੀ ਤੇ ਸਾਡੇ ਪਿੰਡ ਦੇ ਇੱਕ ਡਾਕ ਵਿਭਾਗ ਵਿੱਚ ਲੱਗੇ ਆ ਭਾਈ ਅਮਰੀਕ ਸਿੰਘ ਜੀ ਉਹਨਾਂ ਨੂੰ ਸ਼ਰੇਆਮ ਦਿਨੇ ਚ ਪੇੜਾ ਮਾਰ ਕੇ ਉਹਨਾਂ ਦੇ ਕੋਲੋਂ ਪੈਸੇ ਖੋਲੇ ਆ ਤੇ ਉਹਨਾਂ ਨੂੰ ਸੱਟ ਲਾਈ ਆ ਉਸ ਤੋਂ ਬਾਅਦ ਅ ਅੱਡਾ ਚੇਠੂਆ ਵਾਲਾ ਇੱਥੋਂ ਚ ਪੇੜਾ ਮਾਰ ਕੇ ਪਰਸੋਂ ਰਾਤ ਮੋਟਰਸਾਈਕਲ ਖੋਲਿਆ ਇੱਕ ਮਲੂਵਾਲ ਦੇ ਵਿਅਕਤੀ ਕੋਲੋਂ ਇੱਕ ਕੋਈ ਰਾਹੀ ਸੀ ਜਿਹੜਾ ਚੇਠੂ ਰੋਡ ਦੇ ਤੇ ਖੜਾ ਸੀ ਉਹ ਫੋਨ ਤੇ ਗੱਲਬਾਤ ਕਰ ਰਿਹਾ ਸੀ ਉਹਦਾ ਕੰਨ ਤੇ ਮਾਰ ਕੇ ਫੋਨ ਖੋਲਿਆ ਤੇ ਭੱਜ ਗਿਆ ਕੋਈ ਸੁਬਾਜਪੁਰੇ ਦਾ ਬੰਦਾ ਸੀ ਉਹਦੇ ਕੋਲ 20000 ਰੁਪਏ ਲੈ ਕੇ ਭੱਜ ਗਿਆ ਮਤਲਬ ਇਹ ਵਿਹਾਰ ਬਣ ਗਿਆ ਪੰਜਾਬ ਅੱਜ ਆਪਾਂ ਸਰਕਾਰਾਂ ਤੋਂ ਕਿਹਾ ਜਾਂਦਾ ਵੀ ਪਿਛਲੀ ਸਰਕਾਰ ਬੜੀ ਮਾੜੀ ਸੀ ਇਹ ਕੀ ਕਰ ਰਿਆ ਹੁਣ ਮੈਂ ਪਾਰਟੀਬਾਜੀ ਦੀ ਗੱਲ ਨਹੀਂ ਕਰਦਾ ਸਾਡੇ ਵਾਤੇ ਸਾਨੂੰ ਪਤਾ ਵਾ ਤੁਹਾਨੂੰ ਸਿਰਫ ਸੁਰੱਖਿਆ ਚਾਹੀਦੀ ਪਿੰਡ ਦੀ ਬਿਲਕੁਲ ਜਿਹੜੇ ਲੋਕਾਂ ਨਾਲ ਇਹਨਾਂ ਦੁਰਵਿਵਾਰ ਹੋਣ ਡਿਆ ਵਾ ਜੇ ਅਸੀਂ ਚੌਕੀ ਸੋਈਆਂ ਜਾ ਕੇ ਬੇਨਤੀ ਕਰਦੇ ਉਹ ਕਹਿੰਦੇ ਸਾਡੇ ਕੋ ਨਫਰੀ ਹੈ ਨਹੀਂ ਹੁਣ ਨਫਰੀ ਸਰਕਾਰ ਨੇ ਦੇਣੀ ਆ ਲੀਡਰ ਮਾੜੇ ਤੋਂ ਮਾੜੇ 20 20 ਬੰਦੇ ਪੁਲਿਸ ਵਾਲੇ ਨਾਲ ਲਈ ਫਿਰਦਾ ਸੁਰੱਖਿਆ ਲਈ ਆਮ ਲੋਕਾਂ ਦੀ ਸੁਰੱਖਿਆ ਕਿਹਨੇ ਕਰਨੀ ਆ ਕੌਣ ਜ਼ਿੰਮੇਵਾਰ ਆਮ ਲੋਕਾਂ ਕੋ ਜਾਵਾਂਗੇ ਕੁਝ ਸਮਾਜ ਦਾ ਇੱਕ ਵਿੰਗ ਐ ਸੀ ਉਹਨਾਂ ਨਾਲ ਗੱਲ ਕਰਾਂਗੇ ਸਰ ਕੀ ਤੁਹਾਡਾ ਪ੍ਰੋਫੈਸ਼ਨਲ ਤੇ ਕੀ ਹੋਇਆ ਤੁਹਾਡੇ ਨਾਲ ਮੈਂ ਜੀ ਡਾਕਟਰ ਕਤਾਰ ਸਿੰਘ ਮੱਲੀ ਕਰਕੇ ਮਸ਼ਹੂਰ ਹਾਂ ਮੱਲੀ ਮੈਡੀਕਲ ਸਟੋਰ ਐ ਮੇਰਾ ਡਾਕਟਰ ਮੈਂ ਪਿਛਲੇ ਨੀਅਰ ਅਬਾਊਟ 40 ਸਾਲ ਤੋਂ ਮੈਂ ਇਸ ਪਿੰਡ ਵਿੱਚ ਰਹਿ ਰਿਹਾ ਹਾਂ ਪਰ ਜੇ ਹੁਣ ਮੇਰੇ ਨਾਲ ਖੁਦ ਕੁਝ ਦਿਨ ਇਹ ਵਾਰਦਾਤ ਹੋਈ ਹੈ ਕੀ ਹੈ ਬੜਾ ਮੇਰਾ ਨੁਕਸਾਨ ਆ ਮੇਰੇ ਘਰ ਚੋਰੀ ਹੋਈ ਹੈ ਹਾਂਜੀ ਪਿਛਲੀ ਕੰਨ ਸਾਡੀ ਟੱਪ ਕੇ ਤੇ ਸਾਡੇ ਘਰ ਦੀ ਫਰੋਲਾ ਫਰਾਲੀ ਕਰਕੇ ਤੇ ਜੋ ਚੰਗਾ ਚੰਗਾ ਸਮਾਨ ਹੀ ਮੇਰਾ ਕੋਈ 5-6 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਸੁਣਵਾਈ ਦੀ ਜੇ ਗੱਲ ਕਰਦੇ ਆਪਾਂ ਸੁਣਵਾਈ ਤੇ ਮੈਂ ਤੇ ਚੱਕਰ ਮਾਰ ਮਰ ਕੇ ਪਹਿਲਾਂ ਤੇ ਇੱਕ ਗੱਲ ਹੈ ਕਿ 1.5 ਸਾਲ ਹੈ ਮੇਰਾ ਐਕਸੀਡੈਂਟ ਹੈ ਮੇਰੀ ਟੁੱਟ ਗਈ ਲੱਤ ਦੋ ਤਿੰਨ ਜਗ੍ਹਾ ਤੋਂ ਮੈਂ ਜਾ ਨਹੀਂ ਸਕਦਾ ਕੁਛ ਨਹੀਂ ਹੁਣ ਰੋਜ਼-ਰੋਜ਼ ਕੌਣ ਮੇਰੇ ਨਾਲ ਜਾਵੇ ਤੇ ਸੈਕੰਡ ਗੱਲ ਹੈ ਵੀ ਭਾਜੀ ਮੈਂ ਸੋਈਆਂ ਚੌਂਕੀ ਦੇ ਕੱਢ-ਕੱਢ ਕੇ ਥਾਣੇਦਾਰੇ ਦੇ ਤਰਲੇ ਅੱਜ ਆਉਣਾ ਕੱਲ ਆਉਣਾ ਅੱਜ ਆਉਣਾ ਕੱਲ ਆਉਣਾ ਅੱਜ ਆਉਣਾ ਕੱਲ ਆਉਣਾ ਉਹ ਬਾਅਦ ਚ ਇੱਕ ਸਟਾਰ ਲਵਾ ਲਿਆ ਤੇ ਆਪਣੀ ਬਦਲੀ ਕਰਾਈ ਤੇ ਉੱਥੋਂ ਚੱਲ ਗਿਆ ਤੇ ਮੈਨੂੰ ਜਿਤਨਾ ਦਿਨ ਰੋਜ਼ ਹੀ ਲਾਰੇ ਰੋਜ਼ ਹੀ ਲਾਰੇ ਰੋਜ਼ ਹੀ ਲਾਰੇ ਤੇ ਹੁਣ ਹਾਲਾਤ ਮੇਰੇ ਇਹ ਹੈ ਕਿ ਮੈਂ ਡੰਪ ਵਿਕਟ ਆਇਆ ਸੀ ਮੋਬਾਈਲ ਦੀ ਲੋਕੇਸ਼ਨ ਜਿਹੜੀ ਕਢਉਂਦੇ ਹੂੰ ਤੇ ਉਹ ਮੇਰਾ ਬੇਟਾ ਬੀਐਸਐਫ ਚ ਹੈ ਸਬ ਇੰਸਪੈਕਟਰ ਉਹਨੇ 2 ਦਿਨ ਲਾ ਕੇ ਸਾਰੇ ਹੀ ਜਿਹੜੇ ਨੰਬਰ ਉਸ ਟਾਈਮ ਚੱਲੇ ਰਾਤ ਨੂੰ ਸਾਰਿਆਂ ਦੀ ਉਹਨੇ ਮਦਦ ਟਿਕ ਕੀਤਾ ਉਹਨਾਂ ਨੂੰ ਤੇ ਥਾਣੇਦਾਰ ਦੇ ਬੜੇ ਤਰਲੇ ਕੱਢੇ ਸੀ ਬੜੇ ਤਰਲੇ ਕੱਢੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਸਾਡੀ ਕੋਈ ਸੁਣਵਾਈ ਨਹੀਂ ਤੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਕੀ ਹੈ ਸਾਡਾ ਦੱਸੋ ਕੀ ਹੈ ਸਾਡੀ ਕਾਕੀ ਸਾਡੇ ਹਾਲਾਤ ਇੱਕ ਮੈਂ ਪਾਹਜ ਬੰਦਾ ਤੇ ਮੇਰੀ ਕੋਈ ਸੁਣਵਾਈ ਨਹੀਂ ਮੈਂ ਉਹਨਾਂ ਨੂੰ ਕਿਹਾ ਮੇਰੀ ਖੁੰਡੀ ਮੈਂ ਵਾਕਰ ਫੜ ਗਿਆ ਤੁਰਦਾ ਮੇਰੇ ਹੱਥ 'ਚ ਖੁੰਡੀ ਹੈ ਕਮ ਸੇ ਕਮ ਇਹਦੀ ਮੇਰੀ ਲਾਜ ਤੇ ਰੱਖੋ ਮੈਨੂੰ ਨਹੀਂ ਕੁਝ ਮਿਲਦਾ ਮੇਰਾ ਨਹੀਂ ਮਾਲ ਬਰਾਮਣ ਦਾ ਮੈਨੂੰ ਪਤਾ ਤਾਂ ਲੱਗੇ ਕਿਨੇ ਹਿੰਮਤ ਕੀਤੀ ਇਸ ਚੀਜ਼ ਦੀ ਅਸੀਂ ਤੁਹਾਨੂੰ ਇੱਕ ਘਰ ਦਿਖਾ ਰਹੇ ਹਾਂ ਕਿਉਂਕਿ ਇੱਥੇ ਖੜੇ ਹੋਣ ਦਾ ਮਕਸਦ ਹੈ ਸੀ ਕਿ ਇੱਕ ਤਹੀ ਘਰ ਦੀ ਫਿਰਨੀ ਜਿਹੜੀ ਪਿੰਡ ਦੀ ਫਿਰਨੀ ਹੈ ਉੱਥੇ ਖਲੋਤੇ ਹਾਂ ਇੱਥੋਂ ਦੀ ਪਿੰਡ ਦੀ ਜਿਹੜੀ ਜੀਓਗ੍ਰਾਫੀਕਲ ਸਾਰਾ ਨਜ਼ਰ ਆਉਂਦਾ ਔਰ ਇਸ ਘਰ ਦੇ ਵਿੱਚ ਵੀ 2 ਦਿਨ ਪਹਿਲਾਂ ਇੱਕ ਬਹੁਤ ਵੱਡੀ ਚੋਰੀ ਹੋਈ ਹੈ ਜਿਸ ਦੇ ਵਿੱਚ ਲੱਖਾਂ ਦਾ ਸਮਾਨ ਜਿਹੜਾ ਗਾਇਬ ਹੋਇਆ ਇਸ ਪਿੰਡ ਦੀ ਅਲੱਗ-ਅਲੱਗ ਕਹਾਣੀਆਂ ਨੇ ਮੈਂ ਫਿਰ ਤੁਹਾਨੂੰ ਦੱਸਣਾ ਚਾਹਾਂਗਾ ਕੋਈ ਇਤਿਹਾਸਿਕ ਪੱਖੋਂ ਇਹ ਪਿੰਡ ਐਸਾ ਮਸ਼ਹੂਰ ਨਹੀਂ ਲੇਕਿਨ ਜੁਰਮ ਦੇ ਗ੍ਰਾਫ ਦੇ ਨਾਲ ਪਿੰਡ ਜਰੂਰ ਮਸ਼ਹੂਰ ਹੋ ਗਿਆ ਸੀ ਇਸ ਘਰ ਦੇ ਮਾਲਕ ਦੇ ਨਾਲ ਗੱਲ ਕਰਾਂਗੇ ਸਰ ਕੀ ਹੋਇ ਅਸੀਂ 29 ਤਰੀਕ ਦੇ ਦਿਨ ਮੇਰੇ ਮਾਮਾ ਜੀ ਦਾ ਬੇਟਾ ਉਹਦੀ ਡੈਥ ਹੋ ਗਈ ਸੀ ਮਸੀਕੋ ਦੇ ਵਿੱਚ ਉਹਦੀ লাশ ਅਸੀਂ ਉਹਨਾਂ ਦੇ ਸੰਸਕਾਰ ਤੇ ਗਏ ਸੀ ਸਾਰਾ ਪਰਿਵਾਰ ਤੇ ਮਗਰੋਂ ਰਾਤ ਨੂੰ ਜਿੰਦਰੇ ਤੋੜ ਕੇ ਸਾਰਾ ਸੋਨਾ 4.5 ਤੋਲੇ ਸੋਨਾ ਵਿੱਚ ਕੱਪੜੇ ਭਾਂਡੇ ਭੁੰਡੇ ਸਭ ਚੋਰੀ ਕਰਕੇ ਲੈ ਗਏ ਤੇ ਤੁਸੀਂ ਰਿਪੋਰਟ ਲਿਖਾਈ ਜੀ ਹਾਂਜੀ ਰਿਪੋਰਟ ਲਿਖਾਈ ਕੱਲਾ ਹੀ ਘਰ ਹੈ ਪਿੰਡ 'ਚ ਜਿੱਥੇ ਚੋਰੀ ਹੋਈ ਹੈ ਕਿ ਸਾਰਿਆਂ ਦੇ ਘਰਾਂ 'ਚ ਨਹੀਂ ਨਹੀਂ ਜੀ ਸਾਰੇ ਹੀ ਸਾਰਿਆਂ ਦੇ ਹੁੰਦੀਆਂ ਇੱਥੇ ਦੇ ਸ਼ਰਿਆਂਵਾਂ ਹੁੰਦੀਆਂ ਨਹਿਰ ਦੇ ਉੱਤੇ ਕਿਸੇ ਦੇ ਦਾਤਰ ਮਾਰ ਜਾਂਦੇ ਕਿਸੇ ਦੇ ਕੁਛ ਮਾਰ ਜਾਂਦੇ ਜਿਹੜੇ ਬੰਦੇ ਫੜ ਕੇ ਫੜਾਈ ਦੋ ਛੱਡ ਦਿੰਦੇ ਅਸੀਂ ਕੁਝ ਹੋਰ ਲੋਕਾਂ ਨਾਲ ਗੱਲ ਕਰਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਕੀ ਭਾਜੀ ਜਿੱਦਣ ਐਮਪੀ ਅਵਜਲਾ ਸਾਹਿਬ ਦੀਆਂ ਵੋਟਾਂ ਪਈਆਂ ਐਸਚਓ ਸਾਹਿਬ ਚਾਰ ਸਾਹਿਬ ਮੈਂ ਖੁਦ ਬੰਦੇ ਫੜ ਕੇ ਫੜਾਏ ਆ ਜਿੰਨੇ ਨਹਿਰ ਤੇ ਲੁੱਟਦੇ ਸੀ ਉਹਨਾਂ ਮਜੀਠੇ ਥਾਣੇ ਵਾਲਿਆਂ ਦੇ ਤੇ ਮਜੀਠੇ ਥਾਣਾ ਥਾਣੇ ਦੇ ਬੰਦੇ ਭੱਜ ਗਏ ਉਹ ਕਹਿੰਦੇ ਜੀ ਨਿਕਲੇ ਕੱਖ ਨਹੀਂ ਇਹਨਾਂ ਕੋ ਹੈ ਤੇ ਬੰਦੇ ਉਹਨਾਂ ਕੋ ਨਿਕਲੇ ਕੱਖ ਨਹੀਂ ਜਿਨ੍ਹਾਂ ਕੋ ਦਾਤਰ ਮੋਟਰਸਾਈਕਲ ਛੁੱਟ ਕੇ ਕਿਉਂ ਭਜੇ ਜੀ ਨਿਕਲੇ ਕੱਖ ਨਹੀਂ ਤੇ ਉਹਨਾਂ ਨੂੰ ਨਸ਼ੇ ਦਾ ਕੀ ਹਾਲ ਹੈ ਜੀ ਇਸਪੇਸ਼ ਤੇ ਬੇੜਾ ਬੇੜਾ ਗਰਕ ਕਰਦਾ ਐ ਪਿੰਡ ਦਾ ਜਿਹੜਾ ਆਉਂਦਾ ਠੰਡਦਾਰ ਮਹੀਨੇ ਲਈ ਜਾਂਦਾ ਪੈਸੇ ਪਾਉਂਦਾ ਗੀ ਚਲੋ ਜੀ ਕਿਸੇ ਕੋ 18000 ਲਿਆ ਕੇ ਕੋ 4000 ਲਿਆ ਆ ਹਾਲ ਜੇ ਤਕਾਲਾ ਨੂੰ ਕਿਤੇ ਆ ਜਾਓ ਤੁਹਾਨੂੰ ਖਾਦਾਂਗੇ ਕੀ ਹਾਲ ਬਣਿਆ ਗਲੀਆਂ ਹੀ ਨੰਗੇ ਨਹੀਂ ਜਾਂਦਾ ਤੁਸੀਂ ਦੇਖਿਆ ਕਿ ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਚਲੰਗੀਆਂ ਨਹੀਂ ਜਾਂਦਾ ਇੱਕ ਪਿੰਡ ਦੀ ਅਸੀਂ ਤੁਹਾਨੂੰ ਹੋਰ ਇੱਕ ਚਾਹ ਦਵਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਿੰਡ ਦੇ ਬਾਹਰਵਾਰ ਜਿਹੜੇ ਲੋਕ ਨੇ ਉਹ ਤਕਰੀਬਨ ਇੱਥੇ ਦਿਨ ਵੇਲੇ ਹੀ ਪੈਰਾ ਲਗਾਉਂਦੇ ਨੇ ਔਰ ਇਹ ਵੀ ਲੋਕ ਅੱਜ ਦਿਨ ਵੇਲੇ ਇਸ ਕਰਕੇ ਇੱਥੇ ਖਲੋਤੇ ਨੇ ਕਿ ਅੱਜ ਦਾ ਦਿਨ ਕਿਤੇ ਨਾ ਕਿਤੇ ਆਪਣੇ ਆਪ ਨੂੰ ਇੱਕ ਵਾਰਦਾਤ ਤੋਂ ਬਚਾਇਆ ਜਾ ਸਕੇ ਔਰ ਕਿਸੇ ਤਰੀਕੇ ਨਾਲ ਆਪਣੀ ਰੱਖਿਆ ਕੀਤੀ ਜਾਵੇ ਕੁਝ ਹੋਰ ਜਿਹੜੇ ਲੋਕ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਹਾਡੀ ਕੀ ਕਹਾਣੀ ਹੈ ਮੈਂ ਜੀ ਕਾਂਡ ਬਲਕਾਰ ਦਦਾਲਾ ਸੀਪੀਆਈ ਦਾ ਫੈਕਟਰੀਆ ਇਲਾਕੇ ਦੀ ਠਾੜਾ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਵਾਰਦਾਤਾਂ ਵਧ ਗਈਆਂ ਇਸ ਪਿੰਡ ਦੀ ਕਹਾਣੀ ਕੁਝ ਹੋਰ ਤਰ੍ਹਾਂ ਦੀ ਆ ਇੱਥੇ ਨਸ਼ਿਆਂ ਦਾ ਦੌਰ ਜਿਹੜਾ ਵਾ ਉਹ ਬਹੁਤ ਜ਼ਿਆਦਾ ਸ਼ਰੇ ਆਮ ਨਸ਼ੇ ਜਿਹੜੇ ਆ ਉਹ ਵਿਖਰੇ ਆ ਪੁਲਿਸ ਨੂੰ ਇਤਲਾਮਾ ਕਰੋ ਪੁਲਿਸ ਕੋਈ ਕੰਨ ਨਹੀਂ ਧਰਦੀ ਤੇ ਇਹ ਜਿਹੜੀਆਂ ਵਾਰਦਾਤਾਂ ਨੂੰ ਇਨਜਾਮ ਵੀ ਦਿੱਤੇ ਜਾ ਰਹੇ ਆ ਇਹ ਵੀ ਨਸ਼ਿਆਂ ਦਾ ਕਰਕੇ ਦਿੱਤੇ ਜਾ ਰਹੇ ਆ ਜੇ ਸਰਕਾਰ ਪੁਲਿਸ ਪ੍ਰਸ਼ਾਸਨ ਇਹਨੂੰ ਨੱਥ ਨਹੀਂ ਪਾਉਂਦੀ ਤੇ ਲੋਕਾਂ ਦੇ ਵਿੱਚ ਬਦਮਨੀ ਫੈਲੂਗੀ ਲੋਕ ਜਿਹੜੇ ਆ ਇਹ ਬਹੁਤ ਜ਼ਿਆਦਾ ਵੱਲੋਂ ਚਿੰਤਾ ਤੇ ਆ ਇਹ ਗੱਲੋਂ ਚੋਰੀਆਂ ਹੋ ਰਹੀਆਂ ਡਕੈਤੀਆਂ ਹੋ ਰਹੀਆਂ ਰਾਹ ਦੇ ਵਿੱਚੋਂ ਲੁੱਟਮਾਰ ਹੋ ਰਹੀ ਆ ਕਿਸੇ ਕੋਲੋਂ ਫੋਨ ਖੋਇਆ ਜਾ ਰਿਹਾ ਕਿਸੇ ਕੋਲੋਂ ਪੈਸੇ ਖੋਏ ਜਾ ਰਹੇ ਆ ਸੋ ਇਹ ਜਿਹੜੇ ਨੌਜਵਾਨ ਆ ਇੱਕ ਬੇਰੁਜ਼ਗਾਰ ਇੱਕ ਨਸ਼ਿਆਂ ਤੋਂ ਪੀੜਤ ਐ ਇਹਨਾਂ ਨੌਜਵਾਨਾਂ ਦਾ ਕੋਈ ਰਾਹ ਦਸੇਰਾ ਬਣ ਕੇ ਨਾ ਤੇ ਸਰਕਾਰ ਅੱਗੇ ਆ ਰਹੀ ਆ ਨਾ ਹੀ ਪੁਲਿਸ ਪ੍ਰਸ਼ਾਸਨ ਅੱਗੇ ਆ ਰਿਹਾ ਸੋ ਅਹੀਂ ਤੋਂ ਨੇ ਆਪੀ ਇਹ ਨਛਿਆਂ ਨੂੰ ਵੀ ਥਲ ਪਾਈ ਜਾਣੀ ਚਾਹੀਦੀ ਆ ਇਹ ਇਹ ਸਾਰੀਆਂ ਗੱਲਾਂ ਰੁਕ ਤਾਂ ਸਕਦੀਆਂ ਜੇ ਪ੍ਰਸ਼ਾਸਨ ਦਾ ਧਿਆਨ ਹੋਵੇ ਤੇ ਤੁਹਾਡੇ ਨਾਲ ਵੀ ਹੋਈ ਜੀ ਚੋਰੀ ਹਾਂਜੀ ਦੱਸੋ ਜੀ ਮੈਂ 25 ਫਰਵਰੀ ਨੂੰ 24 ਫਰਵਰੀ ਨੂੰ ਆਪ ਸਾਡਾ ਭਰਾ ਪੂਰਾ ਹੋ ਗਿਆ ਸੀ ਉਹਦੇ ਭੋਗ ਤੇ ਗਏ ਆ ਤੇ ਮਗਰੋਂ ਪਤਾ ਲੱਗਿਆ ਸਾਡਾ ਭਰਾ ਦੂਰ ਜਾਂਦਾ ਹਮਲੋਟ ਤੇ ਮਗਰੋਂ ਸਾਰਾ ਕੁਝ ਲੁੱਟ ਕੇ ਲੈ ਗਏ ਦੋਵਾਂ ਭਰਾਵਾਂ ਦਾ ਜੀ ਤੁਸੀਂ ਦੇਖਿਆ ਕਿ ਹਰ ਬੰਦੇ ਦੀ ਕਹਾਣੀ ਇੱਥੇ ਇੱਕ ਅਫਰਾਦ ਦੇ ਨਾਲ ਜੁੜੀ ਹੋਈ ਹੈ ਆ ਕੀ ਕਹੋਗੇ ਜੀ ਤੁਹਾਨੂੰ ਕੀ ਦਿੱਕਤ ਹੈ ਜੀ ਜਿਹੜੇ ਪਿੰਡ ਦੇ ਵਿੱਚ ਸਮੱਸਿਆ ਹੈ ਕੀ ਪਹਿਲਾਂ ਚੋਰੀਆਂ ਦੀ ਗੱਲ ਕਰੀਏ ਮੈਂ ਇੱਥੇ ਜਿਮ ਚਲਾਉਣਾ ਮੇਰੇ ਕੋਲ ਅੱਡੇ ਤੇ ਜਿਮ ਸੀਗਾ ਉੱਥੇ ਕਰੀਬ ਜੁਰੀ 8-10 ਮੁੰਡਾ ਦੇ ਮੁੰਡੇ ਮੇਰੇ ਕੋਲ ਆਉਂਦੇ ਸੀਗੇ ਤੇ ਕਰੋ 70-80 ਮੁੰਡੇ ਸੀਗੇ ਚਲੋ ਗੁਜਰਗਜ਼ਾਰਾ ਵੀ ਬੰਦਾ ਸੀ ਖਰਚੇ ਵੀ ਨਿਕਲਦੇ ਸੀ ਉੱਥੇ ਹੋ ਗਈ ਚੋਰੀ ਕਰੀਬ ਜੁਰੀ 50000 60000 ਤੋਂ ਉੱਪਰ ਦਾ ਸਾਮਾਨ ਚਲ ਗਿਆ ਪੁਲਿਸ ਕੋ ਗਏ ਸਭ ਕੁਝ ਹੋਇਆ ਕਿਸੇ ਨੇ ਕੋਈ ਬਾਣੀ ਫੜੀ ਹਾਰ ਕੇ ਉੱਥੇ ਜਿਮ ਚੁੱਕ ਕੰਮ ਬਿਲਕੁਲ ਘਟ ਗਿਆ ਵਾ ਲੇਕਿਨ ਇਹ ਆ ਕਿ ਚਲੋ ਥੋੜਾ ਸੇਫ ਹੈਗਾ ਘਰਾਂ ਦੇ ਵਿੱਚ ਆ ਬਾਕੀ ਜੇ ਇਸ ਤੋਂ ਅੱਗੇ ਲੈ ਕੇ ਚੱਲੀਏ ਤੇ ਆ ਜਿਹੜਾ ਨਹਿਰ ਦਾ ਰੋਡ ਆ ਜਾਂ ਕੋਈ ਹੋਰ ਛੜ ਗਿਆ ਚੋਰੀ ਇੰਨੀ ਆ ਨਸ਼ਾ ਇੰਨਾ ਹੱਦੋਂ ਪਰਿਆ ਉਸ ਤੋਂ ਬਾਅਦ ਆਡਾ ਸਕੂਲ ਦਾ ਮਸਲਾ ਵਾ ਇਹ ਜਿੰਨੇ ਲੋ ਫਰੇ ਅੱਜ ਦਿਨੇ ਕੁੜੀਆਂ ਮਗਰ ਮੋਟਰਸਾਈਕਲ ਕਮਾਉਂਦੇ ਰਹਿੰਦੇ ਪਟਾਕੇ ਪਾਉਂਦੇ ਰਹਿੰਦੇ ਆ ਰਾਤ ਨੂੰ ਇਹਨਾਂ ਮੜ ਜਾ ਹਨੇਰਾ ਹੁੰਦੀ ਦੇਖਦਾ ਇਥੋਂ ਲੁੱਟਾਂ ਖੋਹਾਂ ਕਰ ਲੀਆਂ ਜੇ ਕੋਈ ਆਵਾਜ਼ ਠਾਉਂਦਾ ਤੁਹਾਨੂੰ ਧਮਕੀਆਂ ਦਿੰਦੇ ਆ ਉਹਤੇ ਪੁਲਿਸ ਕੰਪਲੇਂਟਾਂ ਕਰਦੇ ਆ ਹਾਡੇ ਦੇ ਵੀ ਇਦਾਂ ਆ ਗਈ ਬੱਚੇ ਸਕੂਲ ਜਾ ਕੇ ਤੇ ਕੁੜੀਆਂ ਤੰਗ ਕਰਦੇ ਸਾਨੂੰ ਆਈ ਕੰਪਲੇਂਟ ਆਪਾਂ ਜਾ ਕੇ ਪ੍ਰਿੰਸੀਪਲ ਸਰ ਨਾਲ ਗੱਲ ਕੀਤੀ ਤੇ ਸਾਡੇ ਬੱਚੇ ਨੂੰ ਤਾਂ ਮਘਵਾਉਣਾ ਸ਼ੁਰੂ ਕਰਤਾ ਜਦੋਂ ਉਸ ਤੋਂ ਬਾਅਦ ਪੁਲਿਸ ਕੋ ਕਾਏ ਆ ਤੇ ਬਾਅਦ ਵਿੱਚ ਸਾਨੂੰ ਫਿਰ ਉਹਨੂੰ ਕੀ ਸਕੂਲ ਚ ਤੰਗ ਕਰਦੇ ਕੁੜੀਆਂ ਤੇ ਜਾਇ ਕਰੀ ਮਤਲਬ ਜਿੱਦਾਂ ਕੀ ਗੇੜ-ਗੜੀ ਜਾ ਕੇ ਰਟੇਰੀਆਂ ਲਾ ਕੇ ਖੜ ਜਾਂਦੇ ਆ ਜਦੋਂ ਛੁੱਟੀ ਦੀ ਮੋਟਰਸਾਈਕਲ ਕਮਾਉਂਦੇ ਅੱਗੇ ਪਿੱਛੇ ਪਟਾਕੇ ਪਾਉਂਦੇ ਆ ਬਹੁਤ ਬੁਰਾ ਬੱਚੀਆਂ ਵਿਚਾਰੀਆਂ ਘਰਾਂ ਜਾ ਕੇ ਮਾਰਦੇ ਉਹਨਾਂ ਨਹੀਂ ਦੱਸਦੀਆਂ ਤੇ ਇਹਨਾਂ ਦਾ ਫਿਰ ਇਥੋਂ ਦਾ ਕਹਿਆ ਵੀ ਜੇ ਇਹਨਾਂ ਦਾ ਕੋਈ ਪੁਲਿਸ ਕੰਪਲੇਂਟ ਜਾਂਦੀ ਵੀ ਆ ਤਾਂ ਕੁਝ ਇਹੋ ਜਿਹੜਾ ਸਭ ਤੋਂ ਵੱਡਾ ਜਿਹੜੀ ਦੁੱਖदाई ਆ ਨਾ ਭਾਵੇਂ ਉਹ ਨਸ਼ੇ ਵਾਲੇ ਤੇ ਭਾਵੇਂ ਇਹ ਆ ਇਹੋ ਹੀ ਆ ਕਿ ਜਿਹੜੇ ਬੰਦੇ ਜਾ ਕੇ ਮਗਰ ਸ਼ਿਦਾ ਦਿੰਦੇ ਸਭ ਤੋਂ ਦੁੱਖदाई ਐ ਵਾ ਵੀ ਇਹਨਾਂ ਲੋਕਾਂ ਨੇ ਪਿੰਡ ਦਾ ਭਲਾ ਕਰਨਾ ਇਹੋ ਹੀ ਜਾ ਕੇ ਬੰਦੇ ਸ਼ਿਦਾ ਦਿੰਦੇ ਆ ਤੇ ਕਿੱਥੋਂ ਭਲਾ ਹੋਊਗਾ ਲੱਗਦਾ ਕਿ ਅੱਜ ਪੰਜਾਬ ਉਹ ਪੰਜਾਬ ਹੈਗਾ ਜਿਹੜੇ ਕਿ ਪੰਜਾਬ ਖੁਸ਼ਹਾਲੀ ਤੋਂ ਜੀ ਸੱਚ ਪੁੱਛੇ ਨਾ ਤੇ 15 20 ਸਾਲ ਪਹਿਲਾਂ ਕੋਈ ਗੱਲਾਂ ਕਰਦੇ ਹੁੰਦੇ ਸੀ ਕਿ ਪਟਨਾ ਸਾਹਿਬ ਜਾਈਏ ਤਾਂ ਬਿਹਾਰ ਤੇ 200 ਰੁਪਏ ਖੋਹ ਲੈਂਦੇ ਆ ਉਧਰ ਬੜੇ ਸਿਹਾਬ ਨਾ ਜਾਣਾ ਪੈਂਦਾ ਮੈਂ ਕਹਿੰਦਾ ਅੱਜ ਤੁਹਾਡੇ ਕੋ 50 ਰੁਪਏ ਤੁਹਾਡੇ ਕੋ ਪੰਜਾਬ ਹੀ ਖੋਲਣਗੇ ਐਨਾ ਭਰਾ ਲਿਆ ਪੰਜਾਬ ਅਸੀਂ ਇਸ ਪਿੰਡ ਦੀ ਕੋਹ ਬਰਬਾਦੀ ਦੱਸਾਂਗੇ ਕਿ ਇਹ ਸੜਕ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਸੜਕ ਦੇ ਕਿਨਾਰੇ ਦੇ ਉੱਤੇ ਦਰਖਤ ਲੱਗੇ ਸੀ ਦਰਖਤ ਵੀ ਜਿਹੜੇ ਸੀ ਕਿ ਸਾਗਵਾਂ ਦੇ ਲੱਕੜ ਦੇ ਸੀ ਔਰ ਉਹ ਦਰਖਤ ਤੱਕਨ ਵੀ ਇਸ ਜਗ੍ਹਾ ਤੋਂ ਪੁੱਟ ਕੇ ਜਿਹੜੇ ਲੁਟੇਰੇ ਨੇ ਲੈ ਗਏ ਨੇ ਅਤੇ ਇਸ ਜਗ੍ਹਾ ਤੇ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹਰਿਆਲੀ ਸੀ ਜੰਗਲਾਤ ਵਿਭਾਗ ਸੀ ਜਿੰਨੇ ਵੀ ਸੀ ਹਰ ਕਿਸੇ ਨੂੰ ਇਸ ਮਾਮਲੇ ਸੂਚਿਤ ਕੀਤਾ ਗਿਆ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਲੇਕਿਨ ਵੱਡਾ ਸਵਾਲ ਹੈ ਪੈਦਾ ਹੁੰਦਾ ਕਿ ਆਖਿਰਕਾਰ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ ਪੁਲਿਸ ਦੇ ਉਹ ਦਾਅਵੇ ਕਿੱਥੇ ਨੇ ਜਿੱਥੇ ਕਿ ਸਰਕਾਰ ਦਾਅਵੇ ਕਰਦੀ ਹੈ ਕਿ ਨਸ਼ਾ ਖਤਮ ਹੋ ਗਿਆ ਹੈ ਜਾਂ اس پورے پنجاب ਦੇ ਵਿੱਚ ਇੱਕ ਰਾਮ ਰਾਜ ਆ ਗਿਆ ਹੈ کئی ਸਰਕਾਰਾਂ ਆਈਆਂ کئی ਗਈਆਂ ਪਰ ਆਮ ਜਨਤਾ ਦੀ ਸੁਧ ਲੈਣ ਵਾਲਾ ਕੋਈ ਨਹੀਂ ਹੈ اور اسی ਆਮ ਜਨਤਾ ਦੇ ਵਿੱਚ ਅੱਜ ਅਸੀਂ ਵਿਚਰੇ ਆ ਅੰਮ੍ਰਿਤਸਰ ਦੇ ਜੇਠੂਵਾਲ ਦੇ ਪਿੰਡ ਵਿੱਚ ਜਿੱਥੇ ਕਿ ਹਰ ਰੋਜ਼ ਅਪਰਾਧ ਦਾ ਗਰਾਫ ਵੱਧਾ ਜਾ ਰਿਹਾ ਹੈ ਲੇਕਿਨ ਸਰਕਾਰ ਅਤੇ ਨੁਮਾਇੰਦੇ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਨੇ ਔਰ ਹੁਣ ਅਸੀਂ ਜਾਣਨੇ ਆ ਕੀ ਕਹਿੰਦੇ ਐ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਅਸੀਂ ਉਹਨਾਂ ਕੋਲ ਜਾਵਾਂਗੇ ਕਿ ਉਹਨਾਂ ਦਾ ਕੀ ਇੱਕ ਰਟਾਇਆ ਰਟਾਇਆ ਜਵਾਬ ਜਿਹੜਾ ਅਸੀਂ ਉਹ ਵੀ ਤੁਹਾਨੂੰ ਸੁਣਾਉਣਾ ਚਾਹਾਂਗੇ ਕਿਉਂਕਿ ਉਹਨਾਂ ਕੋਲ ਜਵਾਬ ਐ ਹੋਈ ਜ਼ਰੂਰ ਹੋਏਗਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਕੰਮ ਕਰਾਂਗੇ ਲੇਕਿਨ ਆਓ ਸੁਣਦੇ ਹਾਂ ਕੀ ਹੈ ਇਸ ਮਾਮਲੇ 'ਚ ਪੰਜਾਬ ਪੁਲਿਸ ਦਾ ਜਵਾਬ ਤੇਰੀ ਪਿੰਡ ਦੇ ਵਿੱਚ ਜਿਹੜਾ ਸੀ ਕਾਫੀ ਜਿਹੜਾ ਕ੍ਰਾਈਮ ਸੀ ਉੱਥੇ ਕੀ ਕਹਿਣਾ ਚਾਹੁੰਦੇ ਹੋ ਪਿੰਡ ਵਾਲੇ ਬੜਾ ਚੰਗੀ ਸੀ ਚਿਕਨ ਕਹਿੰਦੇ ਹੋ ਉੱਥੇ ਹੀ ਰੇਡ ਕੀਤੀ ਆ ਹੁਣ ਬਿਲਕੁਲ ਸ਼ਾਂਤੀ ਆ ਕੋਈ ਬੰਦਾ ਜੀ ਨਹੀਂਗਾ ਨਸ਼ੇ ਬਾਰੇ ਅਸੀਂ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਜਿਹੜੇ ਆ ਪੂਰੀ ਨਕੀਲ ਕੱਸੀ ਹੋਈ ਹੈ ਠੀਕ ਹੈ ਤਾਂ ਤੁਸੀਂ ਦੇਖਿਆ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨਾ ਕੋਲ ਕੇਵਲ ਕੁਝ ਹੀ ਮਾਮਲੇ ਸਾਹਮਣੇ ਆਏ ਨੇ ਲੇਕਿਨ ਪਿੰਡ ਦੇ ਲੋਕਾਂ ਨੇ ਜਿੱਦਾਂ ਹਾਲਾਤ ਬਿਆਨ ਕੀਤੇ ਐ ਥੋ ਸਾਫ ਜ਼ਾਹਰ ਹੁੰਦਾ ਕਿ ਤਰ੍ਹਾਂ ਕਿਤੇ ਪਿੰਡ ਦੇ ਵਿੱਚ ਇਸ ਵੇਲੇ ਚੋਰੀਆਂ ਦਾ ਖੋਫ ਬਹੁਤ ਜ਼ਿਆਦਾ ਹੈ ਅਤੇ ਜਿਸ ਤਰੀਕੇ ਦਾ ਨਸ਼ੇ ਦਾ ਆਲਮ ਚੱਲਿਆ ਹੈ ਪਿੰਡ 'ਚ ਕਈ ਮੋਤਾ ਹੋ ਚੁੱਕੀਆਂ ਨੇ ਲੇਕਿਨ ਫਿਲਹਾਲ ਇਸ ਪਿੰਡ ਦਾ ਭਵਿੱਖ ਕੀ ਹੋਏਗਾ ਆਨੋਲਾ ਸਮਝ ਦੱਸੇਗਾ ਲੇਕਿਨ ਸਿੱਧੀ ਗੱਲ ਵੱਡੀ ਤੌਰ ਤੇ ਆ ਰਹੀ ਹੈ ਕਿ ਇਸ ਪਿੰਡ ਦੇ ਵਿੱਚ ਜਿਹੜਾ ਨਸ਼ੇ ਦਾ ਅਤੇ ਜਿਹੜਾ ਚੋਰੀਆਂ ਦਾ ਆਲਮ ਹੈ ਉੱਥੇ ਪਿੰਡ ਵਾਸੀ ਪਰੇਸ਼ਾਨ ਨੇ ਤੇ ਪੁਲਿਸ ਕੇਵਲ ਜਾਂਚ ਦਾ ਹਵਾਲਾ ਦੇ ਰਹੀ ਹੈ ਕੈਮਰਾਮੈਨ ਅਕਸ਼ੇਦ ਨਾਲ ਸੂਮਿਤ ਕਰਨਾ ਜਗਬਾਨੀ ਟੀਵੀ ਅੰਮ੍ਰਿਤਸਰ